ਇਹਦੇ ਨਾਲ ਮੈਂ ਚਾਹਨਾ ਵੀ ਸਰ ਦੁਬਈ ਦੇ ਬਾਰੇ ਵੀ ਥੋੜਾ ਜਿਹਾ ਦੱਸ ਦਿੱਤਾ ਜਾਵੇ ਕਿਉਂਕਿ ਦਰਸ਼ਕਾਂ ਨੂੰ ਦੋਸਤੋ ਤੁਸੀਂ ਸਾਡੀ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕਾਲ ਵੀ ਕਰ ਸਕਦੇ ਹੋ ਆਰਐਸ ਗਲੋਬਲ ਦਾ ਵਟਸਐਪ ਨੰਬਰ ਹੈਗਾ ਤੁਸੀਂ ਆਪਣੇ ਸੈਲਫੀ ਸਵਾਲ ਸਾਨੂੰ ਭੇਜ ਸਕਦੇ ਹੋ ਜਾਂ ਫਿਰ ਕਿਸੇ ਦੀ ਤਰ੍ਹਾਂ ਦੀ ਕੁਐਰੀ ਹੈਗੀ ਅਪਾਇੰਟਮੈਂਟ ਲੈ ਕੇ ਜ਼ਰੂਰ ਅਗਰ ਰਾਹੀ ਸਾਹਿਬ ਨੂੰ ਮਿਲਣਾ ਚਾਹੁੰਦੇ ਹੋ ਅਪਾਇੰਟਮੈਂਟ ਲੈ ਕੇ ਜ਼ਰੂਰ ਆਓ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਤਰ੍ਹਾਂ ਦੇ ਸਵਾਲ ਦਾ ਜਿਹੜਾ ਹੈਗਾ ਜਵਾਬ ਇਸ ਪਲੇਟਫਾਰਮ ਦੇ ਰਾਹੀਂ ਦਿੱਤਾ ਜਾਂਦਾ ਦੁਬਈ ਦੇ ਬਾਰੇ ਵੀ ਗੱਲਬਾਤ ਕਰਨਾ ਚਾਹੁੰਦਾ ਦੁਬਈ ਦੇ ਬਾਰੇ ਵਿੱਚ ਵੀ ਸਰ ਥੋੜਾ ਜਿਹਾ ਦੱਸ ਦਿਓ ਕਿਉਂਕਿ ਕੰਟਰੀਜ਼ ਦੇ ਵਿੱਚ ਬੱਚੇ ਉਹ ਹੀ ਹੈ ਵੀ ਪਲੱਸ ਟੂ ਤੋਂ ਬਾਅਦ ਜਾਂ ਗੈਪ ਹੋ ਗਿਆ ਕਿਸੇ ਨਾ ਕਿਸੇ ਜਿਹਨਾਂ ਦਾ ਇੰਗਲਿਸ਼ ਜ਼ਿਆਦਾ ਇੰਨੀ ਹਾਈ ਨਹੀਂ ਹੈਗੀ ਰਿਜੈਕਟਡ ਹੈਗੇ ਨੇ ਉਹ ਇੱਥੇ ਕਿਸ ਤਰ੍ਹਾਂ ਆਪਣਾ ਫਿਊਚਰ ਬਣਾ ਸਕਦੇ ਨੇ ਹਾਂਜੀ ਭਾਈ ਜਦੋਂ ਆਪਾਂ ਦੁਬਈ ਦੀ ਗੱਲ ਕਰਦੇ ਲੋਕਾਂ ਦੇ ਜ਼ਹਿਨ ਵਿੱਚ ਅੱਜ ਵੀ ਵਰਕ ਪਰਮਿਟ ਦਾ ਨਾਂ ਜਾਂਦਾ ਅੱਜ ਵੀ ਪੁੱਛਦੇ ਮੈਂ ਅੱਜ ਵੀ ਜੇ 100 ਕਾਲ ਵੱਜਦੀਆਂ 100 ਦੇ ਵਿੱਚੋਂ ਘੱਟੋ ਘੱਟ 30 ਕਾਲ ਇਹੋ ਜਿਹੇ ਵੱਜਦੀਆਂ ਭਾਈ ਖਰੇ ਆਰਐਸ ਗਲੋਬਲ ਨੇ ਦੁਬਈ ਦੇ ਵਰਕ ਪਰਮਿਟ ਸ਼ੁਰੂ ਕਰਤੇ ਨੋ ਸੌਰੀ ਸਾਨੂੰ ਵਰਕ ਪਰਮਿਟ ਲਈ ਫੋਨ ਨਾ ਕਰੋ ਇਹ ਦੁਬਈ ਦੇ ਜਿਹੜਾ ਪਲਾਨ ਜਾਂ ਬਣਾ ਸੀ ਪ੍ਰੋਗਰਾਮ ਮੈਂ ਪ੍ਰਮੋਟ ਕਰ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ ਇਸ ਮੰਚ ਦੇ ਜ਼ਰੀਏ ਉਹ ਇੱਕ ਸਟੱਡੀ ਵੀਜ਼ਾ ਹੈ ਸਟੱਡੀ ਵੀਜ਼ੇ ਨਾਲੋਂ ਵੀ ਵੱਧ ਕੇ ਜੇ ਮੈਂ ਕਹਾਂ ਕਿ ਉਹ ਇੱਕ ਪ੍ਰੋਫੈਸ਼ਨਲ ਇੰਟਰਨਸ਼ਿਪ ਪ੍ਰੋਗਰਾਮ ਹੈ ਪ੍ਰੋਫੈਸ਼ਨਲ ਕੋਰਸ ਹੈ ਜਿਹਦੇ 'ਚ ਤੁਸੀਂ ਪੜ੍ਹਾਈ ਦੇ ਨਾਲ ਨਾਲ ਕੰਮ ਕਰਦੇ ਹੋ ਜਾਂ ਟ੍ਰੇਨਿੰਗ ਲੈਂਦੇ ਹੋ ਉਸ ਟ੍ਰੇਨਿੰਗ ਦੇ ਦਰਮਿਆਨ ਤੁਹਾਨੂੰ ਪੈਸੇ ਮਿਲਦੇ ਹੈ ਐਂਡ ਸਾਲ ਸਵਾ ਸਾਲ ਬਾਅਦ ਤੁਸੀਂ ਇੱਕ ਮੁਕਾਮ 'ਤੇ ਪਹੁੰਚ ਜਾਂਦੇ ਹੋ ਕਿ ਤੁਹਾਨੂੰ ਲੱਖ ਸਵਾ ਲੱਖ ਰੁਪਏ ਸੈਲਰੀ ਦੇ ਉੱਤੇ ਤੁਹਾਨੂੰ ਹੋਟਲਸ ਰਿਜ਼ੋਰਟਸ ਕਰੂਜ਼ ਕੰਪਨੀਜ਼ ਕੇਟਰਿੰਗ ਕੰਪਨੀਜ਼ ਏਅਰਲਾਈਨਸ ਤੁਹਾਨੂੰ ਜੋਬ ਆਫਰ ਕਰਨੀ ਸ਼ੁਰੂ ਕਰ ਦਿੰਦੀਆਂ ICCA ਕਾਲਜ ਦੇ ਵਿੱਚ 3 ਮਹੀਨੇ ਦੀ ਪੜ੍ਹਾਈ 90 ਦਿਨ ਦੀ ਪੜ੍ਹਾਈ ਤੋਂ ਬਾਅਦ 1 ਸਾਲ ਦੀ ਪੇਡ ਇੰਟਰਨਸ਼ਿਪ ਜਿਹਦੇ ਵਿੱਚ 40,000 ਤੋਂ ਲੈ ਕੇ 60,000 ਰੁਪੀਜ਼ ਮਿਨੀਮਮ ਬੱਚੇ ਨੂੰ ਪਰ ਮੰਥ ਮਿਲਦੇ ਨੇ ਉਹਦੇ ਵਿੱਚ ਖਾਣ ਪੀਣ ਰਿਹਾਇਸ਼ ਇੰਸ਼ੋਰੈਂਸ ਯੂਨੀਫਾਰਮ ਟਰਾਂਸਪੋਰਟੇਸ਼ਨ ਉਹ ਸਭ ਕੁਝ ਇਨਕਲੂਡ ਵਿੱਚ ਫ੍ਰੀ ਹੈ ਉਹਦੇ ਬੱਚੇ ਨੂੰ ਪੈਸੇ ਨਹੀਂ ਮਿਲਦੇ ਬਟ ਉਹ ਬੱਚੇ ਨੂੰ ਨਾਲ ਫ੍ਰੀ ਫੈਸਿਲਿਟੀ ਦਿੱਤੀ ਜਾਂਦੀ ਹੈ ਬਾਹਰਲੇ ਮੁਲਕਾਂ ਜਾ ਕੇ ਖਰਚੇ ਕੀ ਆਉਂਦੇ ਆ ਰਹਿਣ ਦੇ ਖਾਣ ਪੀਣ ਦੇ ਉਹ ਤੁਹਾਨੂੰ ਫ੍ਰੀ ਹੈ ਮੈਂ ਅੱਗੇ ਵੀ ਗੱਲ ਦੱਸ ਚੁੱਕਾ ਕਿ ਇਹ ਕੋਈ ਆਮ ਬੱਚੇ ਦੇ ਲਈ ਪ੍ਰੋਜੈਕਟ ਨਹੀਂ ਹੈ ਕਿ ਹਰ ਕੋਈ ਆ ਕੇ ਇਸ ਬੰਦੇ ਨੂੰ ਵੀਜ਼ਾ ਦਵਾ ਦਾਂਗੇ ਤੇ ਇਹ ਪੜ੍ਹਾਈ ਕਰ ਲਾਂਗੇ ਇਹਦੇ 'ਚ ਰਿਕੁਆਇਰਮੈਂਟ ਸਿਰਫ 10ਵੀਂ 12ਵੀਂ ਹੈ ਬੱਚਾ 18 ਸਾਲ ਤੋਂ ਲੈ ਕੇ 30 ਸਾਲ ਤੱਕ ਦਾ ਹੈ ਪਲੱਸ ਟੂ ਪਾਸ ਹੈ ਚਾਹੇ ਤੁਹਾਡੀ ਪੜ੍ਹਾਈ 'ਚ 10 ਸਾਲ ਦਾ ਗੈਪ ਹੈ ਚਾਹੇ 15 ਸਾਲ ਦਾ ਗੈਪ ਹੈ ਗੈਪ ਦੀ ਕੋਈ ਸਮੱਸਿਆ ਨਹੀਂ ਹੈ ਫੰਡਸ ਤੁਹਾਨੂੰ ਨਹੀਂ ਚਾਹੀਦੇ ਹੈ ਕੋਈ ਵੀ ABCZ ਵੱਡੀ ਪ੍ਰੋਬਲਮ ਨਹੀਂ ਹੈ ਸਿਰਫ ਇੱਕੋ ਪ੍ਰੋਬਲਮ ਹੈ ਕਿ ਤੁਹਾਡੇ ਜ਼ਿਹਨ ਦੇ ਵਿੱਚ ਅੰਦਰ ਆਵਾਜ਼ ਤੁਹਾਡੀ ਅੰਤਰ ਆਤਮਾ ਇਹ ਕਹਿੰਦੀ ਹੋਵੇ ਕਿ ਮੈਂ ਜ਼ਿੰਦਗੀ ਵਿੱਚ ਹੋਟਲ ਇੰਡਸਟਰੀ ਵਿੱਚ ਸ਼ੈੱਫ ਬਣ ਕੇ ਆਪਣਾ ਜੀਵਨ ਬਸਰ ਕਰਨਾ ਚਾਹੁੰਦਾ ਅਗਰ ਅੰਦਰਲੀ ਤੁਹਾਡੀ ਆਤਮਾ ਕਹਿੰਦੀ ਕਿ ਤੁਸੀਂ ਸ਼ੈੱਫ ਬਣਨਾ ਚਾਹੁੰਦੇ ਹੋ ਤਾਂ ਹੀ ਇਹ ਕੋਰਸ ਨੂੰ ਜੁਆਇਨ ਕਰੋ ਕਿਉਂਕਿ ਇਹ ਸਿਰਫ ਇੱਕ ਸਟੱਡੀ ਵੀਜ਼ਾ ਨਹੀਂ ਗਾ ਇਹਦੀ ਕੋਸਟ $14,030 ਹੈ ਅੰਦਾਜ਼ਨ ਜੇ ਅੱਜ 66-67 ਰੁਪਏ $ ਚੱਲਦਾ ਪਿਆ ਤਾਂ ਤਕਰੀਬਨ 9.5-9.5 ਲੱਖ ਬਣਦੀ ਹੈ ਸੋ ਅਗਰ 9.5-10 ਲੱਖ ਰੁਪਏ ਖਰਚ ਸਕਦੇ ਹੋ ਇਨਕਲੂਡਿੰਗ ਐਵਰੀਥਿੰਗ ਸੋ ਜਿਹਨਾਂ ਲੋਕਾਂ ਨੇ ਇਹ ਚੀਜ਼ ਨਹੀਂ ਸੁਣੀ ਫਿਰ ਮੇਰਾ ਦੁਬਾਰਾ ਸ਼ੋਅ ਰਿਪੀਟ ਕਰਕੇ ਵੇਖ ਲਿਓ ਯੂਟਿਊਬ 'ਤੇ ਵੇਖ ਲਿਓ ਬਟ ਇਹ ਕੋਈ ਦੁਬਈ ਦਾ ਵਰਕ ਪਰਮਿਟ ਨਹੀਂ ਹੈ ਪਲੀਜ਼ ਕਾਇੰਡਲੀ ਸਾਨੂੰ ਵਰਕ ਪਰਮਿਟ ਲਈ ਫੋਨ ਨਾ ਕੀਤੇ ਜਾਣ ਇਹ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਦਾ ਕੋਰਸ ਹੈ ਅਗਰ ਉਹ ਮਾਂ ਪਿਓ ਸੋਚਦੇ ਕਿ ਮੈਂ ਆਪਣੇ ਬੱਚੇ ਨੂੰ ਜ਼ਿੰਦਗੀ ਵਿੱਚ ਇੱਕ ਅੱਛੇ ਮੁਕਾਮ 'ਤੇ ਵੇਖਣਾ ਚਾਹੁੰਦਾ ਹੋਟਲ ਇੰਡਸਟਰੀ ਵਿੱਚ ਇੱਕ ਅੱਛੀ ਪੋਜੀਸ਼ਨ 'ਤੇ ਵੇਖਣਾ ਚਾਹੁੰਦਾ ਇੱਥੋਂ ਅੱਜ 9-10 ਲੱਖ ਰੁਪਏ ਖਰਚ ਕੇ ਅਗਰ ਬੱਚੇ ਨੂੰ ਭੇਜ ਦਿਓ ਤਾਂ ਸਾਰੀ ਉਮਰ ਦੀ ਤੁਹਾਡੀ ਰੋਟੀ ਇਹਨੇ ਲਾ ਦੇਣੀ ਹੈ ਸਾਰੀ ਉਮਰ ਦੀ ਤੁਹਾਨੂੰ ਉਹਨੇ ਕਮਾਈ ਦਵਾ ਦੇਣੀ ਹੈ ਕਿਹੜੀ ਪੜ੍ਹਾਈ 90 ਦਿਨਾਂ ਬਾਅਦ ਚੌਥੇ ਮਹੀਨੇ ਤੁਹਾਡੀ ਜੇਬ 'ਚ 50-55 ਹਜ਼ਾਰ ਰੁਪਈਆ ਪਾਉਣਾ ਸ਼ੁਰੂ ਕਰਦੀ ਹੈ ਕਿਹੜੀ ਪੜ੍ਹਾਈ ਦੱਸੋ ਤੁਹਾਨੂੰ ਏਡੇ ਵੱਡੇ 7-star ਦੁਨੀਆ ਦੇ ਮੰਨੇ ਪਰਮੰਨੇ ਹੋਟਲ ਦੇ ਵਿੱਚ ਟ੍ਰੇਨਿੰਗ ਕਰਨ ਦਾ ਮੌਕਾ ਦਿੰਦੀ ਹੈ ਤੁਸੀਂ ਸਾਲ ਭਰ ਟ੍ਰੇਨਿੰਗ ਕਰਕੇ 2 ਸਾਲ ਦਾ ਵਰਕ ਪਰਮਿਟ 'ਤੇ ਆਉਂਦੇ ਹੋ ਤਕਰੀਬਨ 3.5 ਸਾਲ ਦੁਬਈ ਦੇ ਵਿੱਚ ਸਟੇ ਕਰਨ ਤੋਂ ਬਾਅਦ ਤੁਹਾਨੂੰ ਵੈਸੇ ਹੀ US ਕੈਨੇਡਾ ਆਸਟ੍ਰੇਲੀਆ 5-star 7-star ਦੀ ਹੋਟਲ ਦੀ ਚੇਨ ਹੈ ਤੁਹਾਨੂੰ ਆਟੋਮੈਟਿਕਲੀ ਔਫਰ ਕਰਦੇ ਨੇ ਤੁਹਾਡੇ 'ਚ ਹੁਨਰ ਹੋਣਾ ਚਾਹੀਦਾ ਆਓ ਦਿਵਾਉਣਾ ਵਰਕ ਪਰਮਿਟ ਤੁਹਾਨੂੰ ਆਹ ਵਰਕ ਪਰਮਿਟ ਹੈ ਅੱਜ ਤੁਹਾਡੇ ਪੱਲੇ 10ਵੀਂ ਆ ਆਪਾਂ ਅੰਗਰੇਜ਼ੀ ਬੋਲ ਨਹੀਂ ਸਕਦੇ ਜਿੱਥੇ ਬੰਦੇ 2 ਅੰਗਰੇਜ਼ੀ ਗੱਲ ਕਰਦੇ ਆ ਅਸੀਂ 4 ਕਦਮ ਪਿੱਛੇ ਹਟ ਜਾਂਦੇ ਹਾਂ ਅਤੇ ਆਪਾਂ ਕੈਨੇਡਾ ਜਾਂ ਅਮੈਰੀਕਾ ਵਰਕ ਪਰਮਿਟ ਭਾਲਦੇ ਹਾਂ ਆਪਾਂ ਆਪਣੇ ਸ਼ੀਸ਼ੇ ਮੋਰੇ ਖੜ ਕੇ ਆਪਣੇ ਆਪ ਨੂੰ ਪੁੱਛ ਲਈਏ ਕਿ ਉਹ ਕਾਬਲ ਹੈ ਜਾਂ ਇਹ ਬੰਦਾ ਕਾਬਲ ਹੈ ਜੋ ਮੈਂ ਹੁਣੇ ਦੱਸ ਕੇ ਹਟਿਆ ਸੋ ਆਪਣੇ ਮਾਂ ਪਿਓ ਦੀ ਕਮਾਈ ਨੂੰ ਵਿਅਰਥ ਨਾ ਗਵਾਓ ਆਪਣੀ ਬੇਸ਼ਕੀਮਤੀ ਜ਼ਿੰਦਗੀ ਨੂੰ ਟਾਈਮ ਨੂੰ ਖਰਾਬ ਨਾ ਕਰੋ ਇੰਨਾ ਝੂਠੇ ਵਰਕ ਪਰਮਿਟ ਦੇ ਚੱਕਰਾਂ 'ਚ ਫਸ ਕੇ ਕਾਇੰਡਲੀ ਆਪਣੇ ਆਪ ਨੂੰ ਸ਼ੀਸ਼ੇ ਮੋਰੇ ਖੜ ਕੇ ਇੰਨਾ ਪੁੱਛ ਲਓ ਕਿ ਮੈਂ ਕਿਸੇ ਕੰਟਰੀ 'ਚ ਵਰਕ ਪਰਮਿਟ ਐਲੀਜੀਬਲ ਹਾਂ ਅਗਰ ਜਵਾਬ ਹਾਂ ਚਾਹੁੰਦਾ ਤਾਂ ਜੰਮ ਕੇ ਜਾਓ ਕੋਈ ਵੀ 10ਵੀਂ 12ਵੀਂ ਪਾਸ BA ਪਾਸ MA ਪੜ੍ਹਿਆ ਡਬਲ MA ਪੜ੍ਹਿਆ ਪੋਲੀਟੀਕਲ ਸਾਇੰਸ ਦੀ MA ਕੀਤੀ MA ਪੰਜਾਬੀ ਹਿੰਦੀ ਇੰਗਲਿਸ਼ ਕੀਤੀ BEd ਕਰ ਲਈ MEd ਕਰ ਲਈ ਜੇ ਸੋਚਦਾ ਕਿ ਇਹਨਾਂ ਕੈਟਾਗਰੀਜ਼ ਦੇ ਲਈ ਕੋਈ ਬਾਹਰਲੀ ਮੁਲਕਾਂ ਵਿੱਚ ਵਰਕ ਪਰਮਿਟ ਹੈ ਤਾਂ ਪਲੀਜ਼ ਬੇਵਕੂਫੀ ਪੁਣੇ ਤੋਂ ਬਾਹਰ ਆ ਜਾਓ ਮੂਰਖਤਾ ਤੋਂ ਬਾਹਰ ਆ ਜਾਓ ਆਪਣੀ ਹਕੀਕਤ ਦਾ ਸਾਹਮਣਾ ਕਰੋ ਇੱਦਾਂ ਦੀ ਕੈਟਾਗਰੀ ਲਈ ਕੋਈ ਵਰਕ ਪਰਮਿਟ ਨਹੀਂ ਹੈ ਯੈਸ ਤੁਸੀਂ BTECH ਕੀਤੀ ਹੈ ਤੁਹਾਡੇ ਕੋਲ 4-5 ਸਾਲ ਦਾ ਬੰਬੇ ਗੁੜਗਾਉਂ ਨੋਇਡਾ ਬੈਂਗਲੋਰ ਕਿਸੇ ਅੱਛੀ ਮਲਟੀਨੈਸ਼ਨਲ ਕੰਪਨੀ ਦਾ ਤਜਰਬਾ ਹੈ ਤਾਂ ਡਾਇਰੈਕਟ US ਕੰਪਨੀ ਨਾਲ ਆਪਣਾ ਰਾਬਤਾ ਕਾਇਮ ਕਰੋ H1B ਵੀਜ਼ਾ ਅਪਲਾਈ ਕਰੋ ਤੁਹਾਨੂੰ ਵਰਕ ਪਰਮਿਟ ਮਿਲੂਗਾ ਬਟ ਜਿਹਨਾਂ ਕੋਲ ਸਕਿੱਲ ਹੈ ਜਿਹਨਾਂ ਕੋਲ ਐਜੂਕੇਸ਼ਨ ਹੈ ਜਿਹਨਾਂ ਕੋਲ ਇੱਕ ਪ੍ਰੋਪਰ ਐਕਸਪੀਰੀਅੰਸ ਹੈ ਪਲੀਜ਼ ਆ ਨੋਰਮਲ ਕੈਟਾਗਰੀ 10ਵੀਂ 12ਵੀਂ ਵਾਲੇ ਬੰਦੇ ਵਰਕ ਪਰਮਿਟ ਦੇ ਚੱਕਰਾਂ 'ਚ ਸਾਨੂੰ ਵੀ ਟਾਈਮ ਖਰਾਬ ਨਾ ਕਰਨ ਫੋਨ ਨਾ ਕਰਨ ਆਪਣਾ ਵੀ ਪੈਸਾ ਮਾਂ ਪਿਓ ਦਾ ਖਰਾਬ ਨਾ ਕਰਾਓ